ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੀਤ ਸਿੰਘ ਸਿੱਧੂ ਅਤੇ ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਮਨਪ੍ਰੀਤ ਸਿੰਘ ਰਾਮਣਵਾਸ ਦੀ ਆਵਾਜ਼ ਦੇ ਵਿੱਚ ਕਹਾਣੀ ਚਲਿੱਤਰ। ਇੱਕ ਪਿੰਡ ਦੇ ਮਰਦਾਂ ਨੇ ਸਲਾਹ ਕੀਤੀ ਕਿ ਔਰਤਾਂ ਬਹੁਤ ਚਲਿੱਤਰਬਾਜ਼ ਹਨ ਅਤੇ ਕਿਉਂ ਨਾ ਉਹਨਾਂ ਦੇ ਚਲਿੱਤਰ ਇਕੱਠੇ ਕਰਕੇ ਬਾਹਰ ਕਿਤੇ ਦੂਰ ਛੱਡ ਆਏ ਜਾਣ। ਸਿਆਣੇ ਬੰਦਿਆਂ ਨੇ ਬਿਉਂਤ ਬਣਾਈ ਕਿ ਹਰ ਘਰ 'ਚੋਂ ਚੁੱਲ੍ਹੇ ਦੀ ਸਵਾਹ ਦੀ ਚੁਟਕੀ ਚੁਟਕੀ ਲੈ ਕੇ ਚਲਿੱਤਰ ਵਜੋਂ ਇੱਕ ਥੈਲੇ ਵਿੱਚ ਇਕੱਠੀ ਕੀਤੀ ਜਾਵੇ ਅਤੇ ਫਿਰ ਕੋਈ ਚਤੁਰ ਸਿਆਣਾ ਬੰਦਾ ਕਿਤੇ ਦੂਰ ਉਸ ਨੂੰ ਕਿਸੇ ਨਦੀ 'ਚ ਪ੍ਰਵਾਹ ਕਰਕੇ ਆਏ। ਬਿਉਂਤ ਮੁਤਾਬਕ ਘਰ ਘਰ ਦੀ ਸਵਾਹ ਲੈ ਕੇ ਇਕੱਠੀ ਕੀਤੀ ਗਈ ਅਤੇ ਫਿਰ ਉਸ ਨੂੰ ਇੱਕ ਥੈਲੇ ਵਿੱਚ ਪਾ ਕੇ ਬਹੁਤ ਹੀ ਚਤੁਰ ਹੁਸ਼ਿਆਰ ਬੰਦੇ ਦੇ ਹੱਥ ਦੇ ਕੇ ਉਸ ਨੂੰ ਕਿਤੇ ਦੂਰ ਕਿਸੇ ਨਦੀ ਵਿੱਚ ਵਹਾਉਣ ਲਈ ਭੇਜਿਆ। ਚਲਿੱਤਰਾਂ ਵਾਲਾ ਥੈਲਾ ਲੈ ਕੇ ਉਹ ਚਤੁਰ ਸਿਆਣਾ ਬੰਦਾ ਉਸ ਨੂੰ ਦੂਰ ਨਦੀ 'ਚ ਰੋੜਨ ਲਈ ਚੱਲ ਪਿਆ। ਉਸ ਨੂੰ ਰਾਤ ਪੈ ਗਈ। ਤਦ ਇੱਕ ਜਗ੍ਹਾ ਇੱਕ ਘਰ ਉਹ ਰੁਕਿਆ। ਉਸ ਘਰੇ ਇੱਕ ਔਰਤ ਸੀ। ਉਸ ਔਰਤ ਨੂੰ ਉਸਨੇ ਰਾਤ ਕੱਟਣ ਲਈ ਬੇਨਤੀ ਕੀਤੀ। ਔਰਤ ਭਲੀ ਸੀ। ਉਸਨੇ ਉਸਨੂੰ ਕਿਹਾ ਕਿ ਉਹ ਰਾਤ ਜੀ ਸਦ ਕੇ ਰਹੇ, ਦਾਲ ਫੁਲਕਾ ਜਿਹੋ ਜਿਹਾ ਬਣਿਆ ਹੈ ਖਵਾਵਾਂਗੇ, ਪਰ ਉਹ ਇਹ ਤਾਂ ਦੱਸੇ ਕਿ ਉਹ ਕੌਣ ਹੈ, ਕੋਈ ਵਪਾਰੀ ਹੈ, ਕੋਈ ਰਿਸ਼ਤੇਦਾਰੀ 'ਚ ਜਾਣ ਵਾਲਾ ਹੈ। ਤਦ ਉਸਨੇ ਔਰਤ ਨੂੰ ਦੱਸਿਆ ਕਿ ਉਹ ਆਪਣੇ ਪਿੰਡ ਦੀਆਂ ਔਰਤਾਂ ਦੇ ਚਲਿੱਤਰ ਇਕੱਠੇ ਕਰਕੇ ਇਸ ਥੈਲੇ ਵਿੱਚ ਨਦੀ 'ਚ ਰੋੜਨ ਲਈ ਚੱਲਿਆ ਹੈ। ਉਹ ਔਰਤ ਮਨੋ ਮਣੀ ਹੈਰਾਨ ਹੋਈ ਕਿ ਚਲਿੱਤਰ ਵੀ ਇੰਜ ਪਾਣੀ ਵਿੱਚ ਵਹਾਏ ਜਾ ਸਕਦੇ ਹਨ। ਔਰਤ ਨੇ ਉਸ ਬੰਦੇ ਨੂੰ ਮੰਜੇ 'ਤੇ ਬਿਠਾਇਆ, ਪਾਣੀ ਦੁੱਧ ਪਿਆਇਆ ਅਤੇ ਦੱਸਿਆ ਕਿ ਉਹਦੇ ਪਤੀ ਨੇ ਹੁਣੇ ਰੋਟੀ ਖਾਣ ਆਉਣਾ ਹੈ। ਉਹ ਬਹੁਤ ਕਰੜੇ ਅਤੇ ਕੌੜੇ ਸੁਭਾਅ ਦਾ ਹੈ। ਉਸਨੇ ਦੇਖਦਿਆਂ ਹੀ ਉਸਦੇ ਗਲ ਪੈ ਜਾਣਾ ਹੈ ਅਤੇ ਉਸ ਨੂੰ ਕੁੱਟਣਾ ਮਾਰਨਾ ਹੈ। ਹਾਂ, ਉਸਨੇ ਰੋਟੀ ਖਾ ਕੇ ਖੇਤਾਂ ਨੂੰ ਮੁੜ ਜਾਣਾ ਹੈ। ਰਾਤ ਉਸਨੇ ਉੱਥੇ ਹੀ ਸੌਣਾ ਹੈ। ਇਸ ਲਈ ਉਨ੍ਹਾਂ ਚਿਰ ਲਈ ਉਹ ਆਪਣੇ ਥੈਲੇ ਨੂੰ ਲੈ ਕੇ ਸੰਦੂਕ 'ਚ ਬਹਿ ਜਾਵੇ। ਜਦੋਂ ਉਸਦਾ ਪਤੀ ਚਲਿਆ ਗਿਆ, ਫਿਰ ਤਦ ਉਸਨੂੰ ਬਾਹਰ ਕੱਢ ਲਵੇਗੀ। ਸੋ ਔਰਤ ਦੇ ਕਹਿਣ ਅਨੁਸਾਰ ਉਹ ਆਪਣਾ ਥੈਲਾ ਲੈ ਕੇ ਸੰਦੂਕ ਵਿੱਚ ਵੜ ਗਿਆ। ਜੱਟ ਘਰ ਆਇਆ, ਉਸਨੇ ਰੋਟੀ ਖਾਧੀ ਅਤੇ ਜਦੋਂ ਵਾਪਸ ਮੁੜਨ ਲੱਗਾ ਤਾਂ ਜੱਟੀ ਨੇ ਕਿਹਾ, ਮਾਲਕ, ਸੰਦੂਕ ਵਿੱਚ ਕੁਝ ਖੜਕਾ ਜਿਹਾ ਹੁੰਦਾ ਹੈ। ਤਦ ਜੱਟ ਨੇ ਆਪਣੀ ਡਾਂਗ ਨਾਲ ਸੰਦੂਕ ਨੂੰ ਹੇਠੋਂ ਖੜਕਾਉਣਾ ਸ਼ੁਰੂ ਕੀਤਾ। ਵਿੱਚ ਬੈਠੇ ਬੰਦੇ ਦੀ ਤਾਂ ਡਰ ਨਾਲ ਜਾਨ ਨਿਕਲਦੀ ਜਾਵੇ। ਥੋੜ੍ਹੇ ਜਿਹੇ ਸਮੇਂ ਬਾਅਦ ਜੱਟੀ ਨੇ ਕਿਹਾ, ਆਹ ਹਾ ਹਾ, ਕੋਈ ਚੂਹਾ ਹੋਣਾ ਭੱਜ ਗਿਆ ਹੋਣਾ, ਚਲੋ ਛੱਡੋ। ਤਦ ਜੱਟ ਵਾਪਸ ਖੇਤਾਂ ਨੂੰ ਜਾਣ ਲਈ ਤੁਰ ਗਿਆ। ਮਗਰੋਂ ਜੱਟੀ ਨੇ ਉਸ ਬੰਦੇ ਨੂੰ ਕਿਹਾ, ਨਿਕਲਾ ਬਾਹਰ ਅਤੇ ਰੋਟੀ ਖਾ। ਉਹ ਹੌਲੀ ਹੌਲੀ ਬਾਹਰ ਨਿਕਲਿਆ। ਉਹਦਾ ਗਲਾ ਸੁੱਕਿਆ ਹੋਇਆ ਅਤੇ ਉਸ ਤੋਂ ਗੱਲ ਨਾ ਹੋਵੇ। ਜੱਟੀ ਨੇ ਕਿਹਾ, ਬਾਲਿਆ ਸਿਆਣਿਆ, ਹੌਂਸਲਾ ਕਰ, ਅਜੇ ਤਾਂ ਚਲਿੱਤਰ ਤੂੰ ਅੱਗੇ ਲੈ ਕੇ ਜਾਣੇ ਨੇ। ਇਹ ਤਾਂ ਭਲੇ ਮਾਨਸਾ, ਮੈਂ ਅਜੇ ਔਰਤਾਂ ਦੀ ਚਲਿੱਤਰੀ ਦਿਖਾਈ ਹੈ, ਚਲਿੱਤਰ ਤਾਂ ਤੂੰ ਅਜੇ ਦੇਖੇ ਨਹੀਂ। ਬੰਦੇ ਨੇ ਹੱਥ ਜੋੜੇ ਅਤੇ ਕਿਹਾ, ਬੀਬੀ ਭੈਣ, ਬਸ ਇੰਨੀ ਹੀ ਚਲਿੱਤਰੀ ਬਹੁਤ ਹੈ, ਮੇਰੀ ਤਾਂ ਇਹਦੇ ਨਾਲ ਹੀ ਜਾਨ ਕੱਢ ਦਿੱਤੀ। ਬਖਸ਼ ਭੈਣ ਮੇਰੀਏ, ਸਮਝ ਗਿਆ ਸਭ, ਔਰਤ ਨੇ ਕਿਹਾ, ਭੋਲਿਆ, ਚਲਿੱਤਰ ਇੰਜ ਘਰਾਂ ਤੋਂ ਸਵਾਹ ਲੈ ਕੇ ਨਹੀਂ ਇਕੱਠੇ ਹੋ ਸਕਦੇ ਅਤੇ ਇੰਜ ਬਹਾਏ ਵੀ ਨਹੀਂ ਜਾ ਸਕਦੇ। ਔਰਤ ਦੇ ਚਲਿੱਤਰ ਔਰਤ ਦੇ ਕੋਲ ਹੀ ਰਹਿੰਦੇ ਹਨ। ਤਦ ਔਰਤ ਨੇ ਉਸ ਨੂੰ ਕਿਹਾ, ਹਿੰਮਤ ਕਰਕੇ ਬੈਠ ਅਤੇ ਰੋਟੀ ਖਾ ਲੈ। ਬੰਦੇ ਨੇ ਕਿਹਾ, ਬੀਬੀ ਭੈਣ, ਮੇਰੀ ਤਾਂ ਡਰ ਨਾਲ ਭੁੱਖ ਮਰ ਗਈ ਏ, ਬਸ ਮੈਂ ਤਾਂ ਹੁਣ ਰਾਤ ਲੰਬਾ ਹੀ ਪੈਣਾ ਏ, ਡਰੇ ਨੂੰ ਨੀਂਦ ਵੀ ਕਿੱਥੇ ਆਉਣੀ ਏ, ਸਵੇਰ ਹੋਣ ਤੋਂ ਪਹਿਲਾਂ ਹੀ ਤੁਰ ਜਾਣਾ ਏ। ਉਸ ਬੰਦੇ ਨੇ ਰਾਤ ਜਾਗਦਿਆਂ ਹੀ ਕੱਟੀ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਉੱਠ ਕੇ ਔਰਤ ਨੂੰ ਵਾਪਸ ਜਾਣ ਦਾ ਦੱਸਦਿਆਂ ਉਹ ਇਹ ਥੈਲੇ ਵਾਲੀ ਸਵਾਹ ਉਹਨਾਂ ਦੇ ਖੇਤਾਂ ਵਿੱਚ ਪਾ ਕੇ ਜਾਵੇਗਾ, ਫਸਲ ਨੂੰ ਤਾਂ ਫਾਇਦਾ ਹੋਵੇਗਾ ਹੀ। ਮੈਂ ਤੇਰੇ ਤੋਂ ਸਮਝ ਗਿਆ ਕਿ ਸਾਡੇ ਪਿੰਡ ਦੀਆਂ ਔਰਤਾਂ ਦੇ ਚਲਿੱਤਰ ਤਾਂ ਉਹਨਾਂ ਕੋਲ ਹੀ ਰਹੇ ਹਨ ਅਤੇ ਉਹਨਾਂ ਦੇ ਕੋਲ ਹੀ ਰਹਿਣਗੇ। ਤੁਸੀਂ ਸੁਣ ਰਹੇ ਸੀ ਮਨਪ੍ਰੀਤ ਸਿੰਘ ਰਾਮਣਵਾਸ ਦੀ ਆਵਾਜ਼ ਦੇ ਵਿੱਚ ਕਹਾਣੀ ਚਲਿੱਤਰ।